ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ ਸੜਕ ਤੇ ਜਾ ਰਹੇ ਇੱਕ ਬਾਈਕ ਸਵਾਰ ਨੂੰ ਰੌਂਦ ਕੇ ਰੱਖ ਦਿੱਤਾ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਕਾਰ ਸਵਾਰ ਹੈ ਉਸਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਸਨੇ ਪਹਿਲਾਂ ਤਾਂ ਆਪਣੀ ਕਾਰ ਦੇ ਵਿੱਚ ਖੂਬ ਹੂਟਰ ਵਜਾਏ ਅਤੇ ਹੂਟਰ ਵਜਾਉਣ ਤੋਂ ਬਾਅਦ ਪਹਿਲਾਂ ਇੱਕ ਆਟੋ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਆਟੋ ਜੋ ਹੈ ਉਹ ਸਾਈਡ ਦੇ ਵਿੱਚ ਕਿਹਾ ਜਾ ਰਿਹਾ ਕਿ ਗਿਰ ਗਿਆ। ਉਸ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਸੱਟਾਂ ਲੱਗੀਆਂ ਨੇ ਤੇ ਬਾਅਦ ਦੇ ਵਿੱਚ ਉਸਨੇ ਜਾ ਕੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਬਾਈਕ ਉਸਦੀ ਗੱਡੀ ਦੇ ਨੀਚੇ ਹੀ ਫਸ ਗਿਆ ਤੇ ਤਸਵੀਰਾਂ ਵੀ ਇਸਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਕਾਰ ਦੇ ਹੇਠਾਂ ਫਸਿਆ ਹੋਇਆ। ਟਰੈਕਟਰ ਦੀ ਸਹਾਇਤਾ ਨਾਲ ਕਾਰ ਨੂੰ ਜੋ ਹੈ ਪਿੱਛੇ ਨੂੰ ਖਿੱਚਿਆ ਜਾ ਰਿਹਾ ਤੇ ਬਾਈਕ ਨੂੰ ਕੱਢਿਆ ਜਾ ਰਿਹਾ। ਫਿਲਹਾਲ ਇਸ ਬਾਈਕ ਦੇ ਉੱਤੇ ਜੋ ਨੌਜਵਾਨ ਸਵਾਰ ਸੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਇਹ ਭਿਆਨਕ ਸੜਕ ਹਾਦਸਾ ਗੁਰਦਾਸਪੁਰ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਸ਼ਰਾਬ ਦੇ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਪਹਿਲਾਂ ਤਾਂ ਇੱਕ ਆਟੋ ਨੂੰ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਬਾਈਕ ਸਵਾਰ ਨੂੰ ਕੁਚਲ ਕੇ ਰੱਖ ਦਿੱਤਾ। ਹਾਲਾਂਕਿ ਨੌਜਵਾਨ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਹੁਣ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੇਰਾ ਨਾਮ ਯੁਵਰਾਜ ਹੈ ਤੇ ਇਹ ਪਨਿਆੜ ਫਾਟਕ ਲਾਗੇ ਨਾ ਮੈਂ ਸਕੂਲੋਂ ਆਉਂਦਿਆ ਸੀ ਤੇ ਉੱਧਰੋਂ ਇਹ ਡਰਾਈਵਰ ਕਿਹੜੀ ਸਾਈਡ ਤੋਂ ਮੈਂ ਇੱਧਰੋਂ ਆਉਂਦੇ ਦੀਨਾ ਨਗਰ ਵਾਲੀ ਸਾਈਡ ਤੋਂ ਆਉਂਦੇ। ਹਾਂਜੀ ਹਾਂਜੀ। ਇਹ ਡਰਾਈਵਰ ਕਾਫੀ ਡਰਿੰਕ ਕੀਤੇ ਸੀ ਇਹਨਾਂ ਨੇ ਇਹ ਬੜੀ ਰੋਂਗ ਸਾਈਡ ਨੂੰ। ਕਿਹੜੇ ਕਾਰ ਦੇ ਡਰਾਈਵਰ ਨੇ? ਹਾਂਜੀ ਕਾਰ ਦੇ ਡਰਾਈਵਰ ਨੇ ਤੇ ਇਹ ਜਿਹੜੇ ਮੋਟਰਸਾਈਕਲ ਵਾਲੇ ਬਾਈਕ ਵਾਲੇ ਆ ਇਹ ਮੇਰੇ ਲਾਗੋ ਗਏ ਆ ਤੇ ਇਹਨਾਂ ਨੇ ਨਾ ਪਹਿਲਾਂ ਆਏ ਆ ਉੱਧਰੋਂ ਤੇ ਇਹਨਾਂ ਨੇ ਪਹਿਲਾਂ ਉਹਨੂੰ ਮਾਰਿਆ। ਇੱਧਰੋਂ ਲੈਫਟ ਸਾਈਡ ਤੋਂ ਆਟੋ ਨਿਕਲਿਆ, ਇਹਨਾਂ ਨੇ ਪਹਿਲਾਂ ਆਟੋ ਨੂੰ ਮਾਰਿਆ, ਆਟੋ ਇੱਕ ਸਾਈਡ 'ਤੇ ਗਿਆ ਉਹ 'ਤੇ ਵੀ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਮੋਟਰਸਾਈਕਲ ਵਾਲੇ ਨੂੰ ਮਾਰਿਆ। ਇਹਦੇ ਉੱਪਰ ਪੂਰੀ ਗੱਡੀ ਚੜ੍ਹਾ, ਬੈਕ ਸਾਈਡ ਤੋਂ ਪੂਰੀ ਗੱਡੀ ਉੱਪਰ ਚੜ੍ਹਾ ਦਿੱਤੀ ਹੈ ਤੇ ਉਹ ਲੜਕਾ ਸਾਈਡ 'ਤੇ ਡਿੱਗ ਗਿਆ। ਉਹਦੇ ਬੈਕ ਕੀ ਨਾਂ ਲੜਕੇ ਦਾ? ਮੋਹਿਤ ਆ। ਤੇ ਹੁਣ ਕਿੱਥੇ ਆਓ? ਬਾਬਰੀ ਹੋਸਪਿਟਲ ਹੈ। ਠੀਕ ਹੈ ਜੀ। ਤੇ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਨੇ ਵਾਈਨ ਲਈ ਹੋਈ ਸੀ? ਨਹੀਂ, ਡਰਿੰਕ ਕੀਤੇ ਦੀ ਸੀ ਕਾਫੀ, ਉਹਨਾਂ ਕੋਲ ਆਪਣਾ ਆਪ ਸੰਭਾਲਿਆ ਨਹੀਂ ਜਾਏ। ਔਰ ਇਹਨਾਂ ਨੇ ਵਰਦੀ ਵੀ ਪਾਈ ਦੀ ਸੀ? ਹਾਂਜੀ, ਯੂਨੀਫਾਰਮ ਸੀ। ਕਿਹਦੀ ਯੂਨੀਫਾਰਮ ਪਾਈ ਦੀ? ਪੰਜਾਬ ਪੁਲਿਸ ਦੀ ਯੂਨੀਫਾਰਮ। ਠੀਕ ਹੈ ਜੀ ਸਰ। ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ ਸੜਕ ਤੇ ਜਾ ਰਹੇ ਇੱਕ ਬਾਈਕ ਸਵਾਰ ਨੂੰ ਰੌਂਦ ਕੇ ਰੱਖ ਦਿੱਤਾ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਕਾਰ ਸਵਾਰ ਹੈ ਉਸਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਸਨੇ ਪਹਿਲਾਂ ਤਾਂ ਆਪਣੀ ਕਾਰ ਦੇ ਵਿੱਚ ਖੂਬ ਹੂਟਰ ਵਜਾਏ ਅਤੇ ਹੂਟਰ ਵਜਾਉਣ ਤੋਂ ਬਾਅਦ ਪਹਿਲਾਂ ਇੱਕ ਆਟੋ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਆਟੋ ਜੋ ਹੈ ਉਹ ਸਾਈਡ ਦੇ ਵਿੱਚ ਕਿਹਾ ਜਾ ਰਿਹਾ ਕਿ ਗਿਰ ਗਿਆ। ਉਸ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਸੱਟਾਂ ਲੱਗੀਆਂ ਨੇ ਤੇ ਬਾਅਦ ਦੇ ਵਿੱਚ ਉਸਨੇ ਜਾ ਕੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਬਾਈਕ ਉਸਦੀ ਗੱਡੀ ਦੇ ਨੀਚੇ ਹੀ ਫਸ ਗਿਆ ਤੇ ਤਸਵੀਰਾਂ ਵੀ ਇਸਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਕਾਰ ਦੇ ਹੇਠਾਂ ਫਸਿਆ ਹੋਇਆ। ਟਰੈਕਟਰ ਦੀ ਸਹਾਇਤਾ ਨਾਲ ਕਾਰ ਨੂੰ ਜੋ ਹੈ ਪਿੱਛੇ ਨੂੰ ਖਿੱਚਿਆ ਜਾ ਰਿਹਾ ਤੇ ਬਾਈਕ ਨੂੰ ਕੱਢਿਆ ਜਾ ਰਿਹਾ। ਫਿਲਹਾਲ ਇਸ ਬਾਈਕ ਦੇ ਉੱਤੇ ਜੋ ਨੌਜਵਾਨ ਸਵਾਰ ਸੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਇਹ ਭਿਆਨਕ ਸੜਕ ਹਾਦਸਾ ਗੁਰਦਾਸਪੁਰ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਸ਼ਰਾਬ ਦੇ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਪਹਿਲਾਂ ਤਾਂ ਇੱਕ ਆਟੋ ਨੂੰ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਬਾਈਕ ਸਵਾਰ ਨੂੰ
ਕੁਚਲ ਕੇ ਰੱਖ ਦਿੱਤਾ ਹੈ। ਹਾਲਾਂਕਿ ਨੌਜਵਾਨ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਹੁਣ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।